ਪੰਜਾਬੀ ਪੁੱਤਰ ਅਰਸ਼ਦੀਪ ਨੇ ਆਪਣੇ ਹੀ ਪਿੰਡ ਦੇ ਸੰਦੀਪ ਸਿੰਘ ਦੇ ਨਕਸ਼ੇ ਕਦਮ ਤੇ ਚੱਲਦਿਆਂ ਬਾਸਕਟਬਾਲ ਕਮਾਉਣ ਦਾ ਨਵਾਂ ਕੀਰਤੀਮਾਨ ਬਣਾਇਆ ਹੈ ਜਿਸ ਨੂੰ ਗਿਨੀਜ਼ ਬੁੱਕ ਆਫ ਰਿਕਾਰਡਸ ਨੇ ਦਰਜ ਕੀਤਾ ਹੈ। ਮੋਗਾ ਜ਼ਿਲ੍ਹਾ ਦੇ ਪਿੰਡ ਬੱਡੂਵਾਲ ਵਾਸੀ ਅਰਸ਼ਦੀਪ ਸਿੰਘ ਨੇ ਕੂਣੀ ਦੇ ਬਾਸਕਟਬਾਲ ਕਮਾਉਣ ਦਾ ਵਿਸ਼ਵ ਕੀਰਤੀਮਾਨ ਸਿਰਫ 16 ਸਾਲ ਦੀ ਉਮਰ ਵਿੱਚ ਆਪਣੇ ਨਾਮ ਕੀਤਾ। ਅਰਸ਼ਦੀਪ ਨੇ ਆਪਣੀ ਖੱਬੀ ਕੂਣੀ ਤੇ 16.72 ਸਕਿੰਟ ਬਾਸਕਟਬਾਲ ਘੁਮਾ ਕੇ ਉਕਤ ਕਾਰਨਾਮਾ ਕੀਤਾ ਜਿਸ ਨੂੰ ਗਿਨੀਜ਼ ਬੁੱਕ ਆਫ ਰਿਕਾਰਡਸ ਦੇ ਲੰਡਨ ਸਥਿਤ ਮੁੱਖ ਦਫ਼ਤਰ ਤੋਂ ਮਾਨਤਾ ਸਰਟੀਫਿਕੇਟ ਦੇ ਕੇ ਮਾਨਤਾ ਦਿੱਤੀ ਗਈ। ਅਰਸ਼ਦੀਪ ਦੇ ਮਾਪੇ ਮਜ਼ਦੂਰੀ ਕਰਕੇ ਆਪਣੇ ਬੱਚੇ ਨੂੰ ਪਾਲ ਰਹੇ ਹਨ। ਅਰਸ਼ਦੀਪ ਦਾ ਕਹਿਣਾ ਹੈ ਕਿ ਉਹ ਇਸ ਦਾ ਅਭਿਆਸ ਕਰਦਾ ਰਹਿੰਦਾ ਹੈ। ਮੈਂ ਜੀ ਬਚਪਨ ਤੋਂ ਗੇਮਾਂ ਦਾ ਸ਼ੌਕੀਨ ਸੀਗਾ ਜੀ ਅਤੇ ਫਿਰ ਸੰਦੀਪ ਵੀਰੇ ਨੇ ਰਿਕਾਰਡ ਬਣਾਏ ਜੀ ਅਤੇ ਉਹਨਾਂ ਨੂੰ ਦੇਖ ਕੇ ਮੈਂ ਜੀ ਆਪਦੀ ਪ੍ਰੈਕਟਿਸ ਕਰਨ ਲੱਗ ਗਿਆ ਜੀ ਅਤੇ ਹੌਲੀ ਹੌਲੀ ਮੈਂ ਪ੍ਰੈਕਟਿਸ ਕਰਦਾ ਰਿਹਾ ਜੀ ਘੁਮਾਉਣ ਲੱਗ ਗਿਆ ਜੀ ਫਿਰ ਮੈਂ ਐਲਬੋ 'ਤੇ ਲੱਗਾ ਜੀ ਘੁਮਾਉਣ ਅਤੇ ਫਿਰ ਮੈਂ ਬਾਈ ਨੇ ਸੰਦੀਪ ਨੇ ਵੇਖੀ ਵੀਡੀਓ ਜੀ ਫਿਰ ਉਹਨਾਂ ਨੇ ਮੇਰੀ ਹੈਲਪ ਕੀਤੀ ਜੀ ਇੱਥੋਂ ਤੱਕ ਪਹੁੰਚਣ ਦੀ। ਕਿੰਨੀ ਦੇਰ ਤੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ? ਮੈਨੂੰ ਜੀ 5 ਸਾਲ ਹੋ ਗਏ ਜੀ ਮਿਹਨਤ ਕਰਦੇ ਨੂੰ। 5 ਸਾਲ ਤੋਂ? ਹਾਂਜੀ। ਅਤੇ ਤੁਹਾਡਾ ਪੜ੍ਹਾਈ ਦੇ ਨਾਲ ਨਾਲ ਹੋਰ ਕੀ ਕਰਦੇ ਤੁਸੀਂ? ਪੜ੍ਹਾਈ ਦੇ ਨਾਲ ਨਾਲ ਹੀ ਮੈਂ ਮਜ਼ਦੂਰੀ ਕਰਦਾ ਜੀ। ਕਾਹਦੀ ਮਜ਼ਦੂਰੀ ਕਰਦੇ ਹੋ? ਅੱਜ ਬਾਹਰ ਮਤਲਬ ਕਿ ਦਿਹਾੜੀ ਦਿਹਾੜੀ 'ਤੇ ਜਾਂਦਾ? ਹਾਂਜੀ। ਅਤੇ ਤੁਹਾਡੇ ਪਰਿਵਾਰ 'ਚ ਕਿੰਨੇ ਕੁ ਮੈਂਬਰ ਹੈਗੇ? ਕੌਣ ਕੌਣ ਹੈਗੇ ਪਰਿਵਾਰ 'ਚ? 4 ਮੈਂਬਰ ਹੈ ਜੀ, ਮੈਂ ਹਾਂ, ਬ੍ਰਦਰ ਆ, ਸਿਸਟਰ ਆ ਅਤੇ ਮੰਮੀ। ਗਿਨੀਜ਼ ਬੁੱਕ ਦੇ ਵਿੱਚ ਜਿਹੜਾ ਨਾਮ ਆਇਆ ਇਹ ਕਦੋਂ ਤੁਸੀਂ ਅਪਲਾਈ ਕੀਤਾ ਸੀਗਾ? ਇਹ ਮੈਂ ਜੀ 19 ਨਵੰਬਰ ਨੂੰ ਅਪਲਾਈ ਕੀਤਾ ਸੀਗਾ ਜੀ। ਕਿੰਨੇ ਦੇਰ ਤੁਸੀਂ ਇਹਦਾ ਰਿਕਾਰਡ ਕਾਇਮ ਕੀਤਾ ਹੈਗਾ? ਇਹਨੂੰ ਲੱਗ ਗਈ 3 ਕੁ ਮਹੀਨੇ। ਰਿਕਾਰਡ ਕਿੰਨਾ ਕਾਇਮ ਕੀਤਾ ਤੁਸੀਂ? ਰਿਕਾਰਡ 16-32। ਪਹਿਲਾਂ ਕਿੰਨਾ ਸੀਗਾ ਜੀ? ਪਹਿਲਾਂ ਸੀਗਾ ਜੀ ਨੇਪਾਲ ਦਾ ਸੀਗਾ ਜੀ, ਥਾਨ ਸੇਵਾ ਗੁਰੂ ਜੀ, ਉਹਨਾਂ ਦਾ 11.8 ਸੀਗਾ ਜੀ ਸਿੰਘ। 11.8 ਮਿਲੀ ਸਿੰਘ। ਅੱਛਾ ਜੀ। ਅਤੇ ਤੁਹਾਡਾ 16.72 ਜੀ। ਹੁਣ ਗਾਹ ਕਰਨ ਦੀ ਕੀ ਉਮੀਦ ਹੈਗੀ ਤੁਹਾਡੀ? ਗਾਹ ਮੇਰੀ ਵੀ ਹੋਰ ਵੀ ਰਿਕਾਰਡ ਬਣਾਉਂਦੀ ਹੈ ਜੀ, ਨੋਜ਼ 'ਤੇ ਜੀ, ਪੈਰ ਦੇ ਅੰਗੂਠੇ 'ਤੇ ਜੀ, ਇੱਦਾਂ ਦੇ ਵਗੈਰਾ ਜੀ। ਜੇ ਗੱਲ ਕੀਤੀ ਜਾਵੇ ਘਰ ਦੇ ਖਰਚੇ ਤਾਂ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਜੀ ਤੁਸੀਂ? ਘਰ ਦਾ ਗੁਜ਼ਾਰਾ ਜੀ ਸਾਰਾ ਪਰਿਵਾਰ ਮਜ਼ਦੂਰੀ ਕਰਕੇ ਜੀ, ਮੇਰੀ ਪੜ੍ਹਾਈ ਦੀ ਫੀਸ ਦਿੰਦੇ ਆ ਜੀ ਅਤੇ ਘਰ ਦਾ ਸੌਦਾ ਪੱਤਾ ਸਾਰਾ ਲਿਆਉਂਦੀ। ਸਰਕਾਰ ਵੱਲੋਂ ਤੁਹਾਨੂੰ ਕੁਛ ਨਹੀਂ ਜੀ? ਸਰਕਾਰ ਵੱਲੋਂ ਕੁਛ ਨਹੀਂ ਮਿਲਿਆ ਜੀ। ਹੁਣ ਤੁਹਾਡਾ ਨਾਮ ਕਦੋਂ ਰਜਿਸਟਰਡ ਹੋਇਆ ਗਿਨੀਜ਼ ਬੁੱਕ ਦੇ ਵਿੱਚ? ਇਹ ਮਾਰਚ 'ਚ ਆਇਆ ਸੀਗਾ ਜੀ। ਮਾਰਚ 'ਚ ਆਇਆ? ਹਾਂਜੀ। ਕਿਹੜੇ ਤੁਹਾਨੂੰ ਜ਼ਿਆਦਾ ਪ੍ਰੇਰਿਤ ਕੀਤਾ? ਕਿਹੜੇ ਪ੍ਰੇਰਿਤ ਕੀਤਾ ਤੁਹਾਨੂੰ ਜ਼ਿਆਦਾ? ਪਹਿਲਾਂ ਜੀ ਸੰਦੀਪ ਨੂੰ ਪਤਾ ਲੱਗਾ ਜੀ, ਫਿਰ ਉਹਨਾਂ ਨੇ ਜੀ ਕੁਲਦੀਪ ਸਰ ਨੂੰ ਕਿਹਾ ਜੀ ਅਤੇ ਉਹ ਇੱਥੋਂ ਬੈਠੇ ਹੈਲਪ ਕਰੀ ਜਾਂਦੇ ਜੀ ਅਤੇ ਪਿੰਡੋ ਕਰਦੇ ਜੀ। ਤੁਸੀਂ ਫਿਰ ਕਿਸੇ ਕੋਚ ਤੋਂ ਕੋਚਿੰਗ ਲਿੱਤੀ ਜਾਂ ਕਿੱਦਾਂ ਕੀਤਾ ਜੀ? ਨਹੀਂ, ਪ੍ਰੈਕਟਿਸ ਮੈਂ ਆਪ ਹੀ ਕੀਤੀ ਹੈ ਜੀ। ਉਹਨੇ ਅਪਲਾਈ ਅਪਲੋਈ ਇਹਨਾਂ ਬਾਰੇ ਮੈਨੂੰ ਪਤਾ ਨਹੀਂ ਜੀ, ਇਹ ਇਹਨਾਂ ਬਾਰੇ ਸਾਰੀ ਗੱਲ। ਕਿੰਨੀ ਏਜ ਕਿੰਨੀ ਤੁਹਾਡੀ? ਮੇਰੀ 16 ਸਾਲ ਹੈ ਜੀ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਬੱਚੇ ਦੀ ਮਿਹਨਤ ਸਦਕਾ ਹੀ ਉਸਨੂੰ ਇਹ ਮੁਕਾਮ ਹਾਸਲ ਹੋਇਆ ਹੈ। ਬਹੁਤ ਖੁਸ਼ੀ ਵਾਲੀ ਗੱਲ ਹੈ ਜੀ, ਪਿੰਡ ਵਾਸਤੇ, ਪਰਿਵਾਰ ਵਾਸਤੇ, ਸਾਰਿਆਂ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਛੋਟਾ ਜਿਹਾ ਬੱਚਾ ਜੋ ਸਾਡੇ ਹੱਥਾਂ 'ਚ ਕੱਲ੍ਹ ਦਾ ਹਜੇ ਪਲਿਆ ਵਾ ਅਤੇ ਜਿਨ੍ਹਾਂ ਦੇ ਕਿ ਪਿਤਾ ਦੀ ਵੀ ਜਿਹੜੀ ਡੈਥ ਸੀ ਬਹੁਤ ਛੋਟੀ ਉਮਰ 'ਚ ਹੋ ਗਈ ਸੀਗੀ, ਫਿਰ ਵੀ ਉਹਨਾਂ ਨੇ ਕੋਈ ਹੌਂਸਲਾ ਨਹੀਂ ਛੱਡਿਆ ਅਤੇ ਆਪਦੀ ਪ੍ਰੇਰਨਾ ਨੂੰ ਅੱਗੇ ਲੈ ਕੇ ਸੰਦੀਪ ਮੁੰਡਾ ਸੀ ਸਾਡੇ ਪਿੰਡ ਜੀ ਇੱਕ, ਜਿਹਨੇ ਵਰਲਡ ਰਿਕਾਰਡ ਬਣਾਏ, ਉਹਨੂੰ ਦੇਖ ਦੇਖ ਕੇ ਇਹਨੇ ਪ੍ਰੈਕਟਿਸ ਸ਼ੁਰੂ ਕੀਤੀ। ਪ੍ਰੈਕਟਿਸ ਕਰਕੇ ਹੌਲੀ ਹੌਲੀ ਅੱਗੇ ਵੱਧਦਾ ਗਿਆ ਅਤੇ ਅੱਜ ਇਹਨੇ ਗਿਨੀਜ਼ ਬੁੱਕ ਦੇ ਵਿੱਚ ਰਿਕਾਰਡ ਦਰਜ ਕਰਾਇਆ। ਗਿਨੀਜ਼ ਬੁੱਕ ਮਤਲਬ ਵਰਲਡ, ਦੁਨੀਆਂ ਦੇ ਵਿੱਚ ਸਭ ਤੋਂ ਇਸਦਾ ਵੱਡਾ ਰਿਕਾਰਡ ਆ ਅਤੇ ਮੈਂ ਤਾਂ ਕਹੂੰਗਾ ਪੰਜਾਬ ਵਾਸਤੇ, ਹਿੰਦੁਸਤਾਨ ਵਾਸਤੇ ਵੀ ਇਹ ਮਾਣ ਵਾਲੀ ਗੱਲ ਆ ਅਤੇ ਇਸ ਤਰ੍ਹਾਂ ਦੇ ਇਵੈਂਟ ਜੋ ਬੱਚੇ ਕਰਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਕੁਛ ਮਦਦ ਜ਼ਰੂਰ ਮਿਲਣੀ ਚਾਹੀਦੀ ਆ। ਜਿਹੜੇ ਸਕੂਲ 'ਚ ਪੜ੍ਹਦਾ ਵਾ, ਜਿੱਥੇ ਵੀ ਉਹ, ਹਰ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਵੀ ਜੋ ਪਿੰਡ ਦੇ ਮੋਹਤਵਾਰ ਬੰਦੇ ਨੇ ਉਹ ਵੀ ਇਹਨਾਂ ਦੀ ਮਦਦ ਕਰਨ, ਕਿਉਂਕਿ ਆਰਥਿਕ ਤੌਰ 'ਤੇ ਇਹ ਪਰਿਵਾਰ ਕਮਜ਼ੋਰ ਆ। ਬਿਊਰੋ ਰਿਪੋਰਟ, ਅਜੀਤ ਵੈਬ ਟੀਵੀ। ਵਧੇਰੇ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।